ਪਿਛੇ ਨੂੰ ਹੋ ਜਾਓ ਤੁਸੀਂ ਪਰੇ ਹੋ ਜਾਓ ਪਰੇ ਪਰੇ ਰਹੋ ਮਾੜਾ ਪਿਛੇ ਨੂੰ ਹੋ ਜਾਓ ਮਾੜਾ ਜਿਹਾ ਇੱਕ 10 ਸਾਲਾਂ ਦੀ ਮਾਸੂਮ ਬੱਚੀ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ ਹੈ। ਵੱਡੀ ਗੱਲ ਇਹ ਹੈ ਕਿ ਜਿਸ ਦਿਨ ਇਸ ਬੱਚੀ ਦਾ ਜਨਮ ਦਿਨ ਸੀ ਉਸੇ ਦਿਨ ਹੀ ਉਸਨੂੰ ਮੌਤ ਮਿਲੀ ਹੈ ਤੇ ਇੱਕ ਸੱਪ ਨੇ ਉਸਨੂੰ 3 ਵਾਰ ਡੰਗ ਮਾਰਿਆ, ਜਿਸ ਤੋਂ ਬਾਅਦ ਬੱਚੀ ਬੇਸੁੱਧ ਹੋ ਗਈ ਤੇ ਹਸਪਤਾਲ ਦੇ ਵਿੱਚ ਉਸਨੇ ਇਲਾਜ ਦੌਰਾਨ ਦਮ ਤੋੜ ਦਿੱਤਾ। 10 ਸਾਲਾਂ ਦੀ ਬੱਚੀ ਹਰਸਿਮਰਨ ਕੌਰ ਜੋ ਕਿ ਆਪਣੀ ਮਾਂ ਦੇ ਨਾਲ ਵਿਹੜੇ 'ਚ ਸੁੱਤੀ ਹੋਈ ਸੀ ਤਾਂ ਇਸ ਦੌਰਾਨ ਉਸਨੂੰ ਠੰਡ ਲੱਗੀ ਤੇ ਉਸਨੇ ਮਾਂ ਨੂੰ ਕਿਹਾ ਕਿ ਉਹ ਅੰਦਰ ਕਮਰੇ 'ਚ ਸੌਣ ਜਾ ਰਹੀ ਹੈ। ਜਿਵੇਂ ਹੀ ਉਹ ਮਾਂ ਨੂੰ ਇਹ ਗੱਲ ਕਹਿ ਕੇ ਕਮਰੇ 'ਚ ਜਾਂਦੀ ਹੈ, ਬੈੱਡ ਤੇ ਲੇਟਦੀ ਹੈ ਤਾਂ ਉੱਥੇ ਬੈੱਡ ਤੇ ਪਹਿਲਾਂ ਹੀ ਇੱਕ ਕਾਲੇ ਰੰਗ ਦਾ ਸੱਪ ਮੌਜੂਦ ਹੁੰਦਾ ਹੈ। ਜਿਵੇਂ ਹੀ ਬੱਚੀ ਬੈੱਡ ਤੇ ਲੇਟਦੀ ਹੈ ਤਾਂ ਇਹ ਸੱਪ ਉਸਨੂੰ 3 ਵਾਰ ਡੰਗ ਮਾਰ ਦਿੰਦਾ ਹੈ। ਬੱਚੀ ਦੀ ਚੀਕਾਂ ਦੀ ਆਵਾਜ਼ ਸੁਣ ਕੇ ਪਰਿਵਾਰ ਦੌੜਿਆ ਆਉਂਦਾ ਹੈ ਤੇ ਉਸਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਲਿਜਾਇਆ ਜਾਂਦਾ ਹੈ, ਜਿੱਥੇ ਇਲਾਜ ਦੌਰਾਨ ਬੱਚੀ ਦੀ ਮੌਤ ਹੋ ਜਾਂਦੀ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਹਰਸਿਮਰਨ ਆਪਣੀ ਮਾਂ ਦੇ ਨਾਲ ਵਿਹੜੇ 'ਚ ਸੁੱਤੀ ਹੋਈ ਸੀ, ਇਸੇ ਦੌਰਾਨ ਕੂਲਰ ਅੱਗੇ ਲੇਟਣ ਕਾਰਨ ਉਸਨੂੰ ਠੰਡ ਲੱਗੀ ਤਾਂ ਉਸਨੇ ਮਾਂ ਨੂੰ ਇਹ ਕਹਿਤਾ ਕਿ ਉਹ ਅੰਦਰ ਜਾ ਰਹੀ ਹੈ, ਉਸਨੂੰ ਠੰਡ ਲੱਗ ਰਹੀ ਹੈ, ਕਮਰੇ 'ਚ ਜਾ ਕੇ ਸੌਣ ਚੱਲੀ ਹੈ। ਤਾਂ ਇਸੇ ਦੌਰਾਨ ਜਦੋਂ ਇਹ ਬੱਚੀ ਕਮਰੇ 'ਚ ਜਾਂਦੀ ਹੈ, ਬੈੱਡ 'ਤੇ ਲੇਟਦੀ ਹੈ ਤਾਂ ਉੱਥੇ ਪਹਿਲਾਂ ਹੀ ਇਹ ਸੱਪ ਮੌਜੂਦ ਹੁੰਦਾ ਹੈ ਜੋ ਉਸਨੂੰ ਡੰਗ ਮਾਰਦਾ ਹੈ। ਬੱਚੀ ਬੇਹੋਸ਼ ਹੋ ਜਾਂਦੀ ਹੈ ਤੇ ਫਿਰ ਉਸਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਉਸਦੀ ਮੌਤ ਹੋ ਜਾਂਦੀ ਹੈ। ਜਿਸ ਦਿਨ ਘਰ ਦੇ ਵਿੱਚ ਬੱਚੀ ਦਾ ਜਨਮ ਦਿਨ ਮਨਾਇਆ ਜਾਣਾ ਸੀ, ਖੁਸ਼ੀਆਂ ਦਾ ਮਾਹੌਲ ਹੋਣਾ ਸੀ, ਤਾਂ ਹੁਣ ਉੱਥੇ ਕੀਰਨੇ ਪੈ ਰਹੇ ਨੇ। ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਹਾਲਾਂਕਿ ਇਸ ਤੋਂ ਬਾਅਦ ਘਰ ਦੇ ਵਿੱਚ ਸਾਰੇ ਪਾਸੇ ਕੋਨੇ ਕੋਨੇ 'ਚ ਤਲਾਸ਼ੀ ਲਈ ਗਈ ਤੇ ਫਿਰ ਜਾ ਕੇ ਇਸ ਸੱਪ ਨੂੰ ਰੈਸਕਿਊ ਕੀਤਾ ਗਿਆ ਹੈ ਅਤੇ ਬਾਅਦ ਵਿੱਚ ਸਪੇਰੇ ਦੇ ਹਵਾਲੇ ਕੀਤਾ ਗਿਆ ਹੈ। ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਇਹ ਸੱਪ ਨਜ਼ਰ ਆਏ ਕਿ ਕਿਵੇਂ ਘਰਦਿਆਂ ਵੱਲੋਂ ਹੀ ਇਸ ਸੱਪ ਨੂੰ ਕਾਬੂ ਕੀਤਾ ਗਿਆ ਹੈ ਤੇ ਸੱਪ ਨੂੰ ਕਾਬੂ ਕਰਕੇ ਸਪੇਰਿਆਂ ਦੇ ਹਵਾਲੇ ਕੀਤਾ ਗਿਆ ਹੈ। ਜੇਕਰ ਇਸ ਸੱਪ ਨੂੰ ਨਾ ਫੜਿਆ ਜਾਂਦਾ ਤਾਂ ਹੋਰ ਵੀ ਪਰਿਵਾਰਿਕ ਮੈਂਬਰਾਂ ਨੂੰ ਇਹ ਡੰਗ ਮਾਰ ਸਕਦਾ ਸੀ। ਉਧਰ ਪੂਰੇ ਪਿੰਡ ਦੇ ਵਿੱਚ ਵੀ ਸੋਗ ਪਸਰ ਗਿਆ ਹੈ ਕਿ ਇੱਕ ਮਾਸੂਮ ਬੱਚੀ ਦੀ ਸੱਪ ਦੇ ਡੰਗਣ ਨਾਲ ਦਰਦਨਾਕ ਮੌਤ ਹੋਈ ਹੈ। ਮਾਪਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ। ਪਿਛੇ ਨੂੰ ਹੋ ਜਾਓ ਤੁਸੀਂ ਪਰੇ ਹੋ ਜਾਓ ਪਰੇ ਪਰੇ ਰਹੋ ਮਾੜਾ ਪਿਛੇ ਨੂੰ ਹੋ ਜਾਓ ਮਾੜਾ ਜਿਹਾ ਇੱਕ 10 ਸਾਲਾਂ ਦੀ ਮਾਸੂਮ ਬੱਚੀ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ ਹੈ। ਵੱਡੀ ਗੱਲ ਇਹ ਹੈ ਕਿ ਜਿਸ ਦਿਨ ਇਸ ਬੱਚੀ ਦਾ ਜਨਮ ਦਿਨ ਸੀ ਉਸੇ ਦਿਨ ਹੀ ਉਸਨੂੰ ਮੌਤ ਮਿਲੀ ਹੈ ਤੇ ਇੱਕ ਸੱਪ ਨੇ ਉਸਨੂੰ 3 ਵਾਰ ਡੰਗ ਮਾਰਿਆ, ਜਿਸ ਤੋਂ ਬਾਅਦ ਬੱਚੀ ਬੇਸੁੱਧ ਹੋ ਗਈ ਤੇ ਹਸਪਤਾਲ ਦੇ ਵਿੱਚ ਉਸਨੇ ਇਲਾਜ ਦੌਰਾਨ ਦਮ ਤੋੜ ਦਿੱਤਾ। 10 ਸਾਲਾਂ ਦੀ ਬੱਚੀ ਹਰਸਿਮਰਨ ਕੌਰ ਜੋ ਕਿ ਆਪਣੀ ਮਾਂ ਦੇ ਨਾਲ ਵਿਹੜੇ 'ਚ ਸੁੱਤੀ ਹੋਈ ਸੀ
ਤਾਂ ਇਸ ਦੌਰਾਨ ਉਸਨੂੰ ਠੰਡ ਲੱਗੀ ਤੇ ਉਸਨੇ ਮਾਂ ਨੂੰ ਕਿਹਾ ਕਿ ਉਹ ਅੰਦਰ ਕਮਰੇ 'ਚ ਸੌਣ ਜਾ ਰਹੀ ਹੈ। ਜਿਵੇਂ ਹੀ ਉਹ ਮਾਂ ਨੂੰ ਇਹ ਗੱਲ ਕਹਿ ਕੇ ਕਮਰੇ 'ਚ ਜਾਂਦੀ ਹੈ, ਬੈੱਡ 'ਤੇ ਲੇਟਦੀ ਹੈ ਤਾਂ ਉੱਥੇ ਬੈੱਡ 'ਤੇ ਪਹਿਲਾਂ ਹੀ ਇੱਕ ਕਾਲੇ ਰੰਗ ਦਾ ਸੱਪ ਮੌਜੂਦ ਹੁੰਦਾ ਹੈ। ਜਿਵੇਂ ਹੀ ਬੱਚੀ ਬੈੱਡ 'ਤੇ ਲੇਟਦੀ ਹੈ ਤਾਂ ਇਹ ਸੱਪ ਉਸਨੂੰ 3 ਵਾਰ ਡੰਗ ਮਾਰ ਦਿੰਦਾ ਹੈ। ਬੱਚੀ ਦੀ ਚੀਕਾਂ ਦੀ ਆਵਾਜ਼ ਸੁਣ ਕੇ ਪਰਿਵਾਰ ਦੌੜਿਆ ਆਉਂਦਾ ਹੈ ਤੇ ਉਸਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਲਿਜਾਇਆ ਜਾਂਦਾ ਹੈ, ਜਿੱਥੇ ਇਲਾਜ ਦੌਰਾਨ ਬੱਚੀ ਦੀ ਮੌਤ ਹੋ ਜਾਂਦੀ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਹਰਸਿਮਰਨ ਆਪਣੀ ਮਾਂ ਦੇ ਨਾਲ ਵਿਹੜੇ 'ਚ ਸੁੱਤੀ ਹੋਈ ਸੀ। ਇਸੇ ਦੌਰਾਨ ਕੂਲਰ ਅੱਗੇ ਲੇਟਣ ਕਾਰਨ ਉਸਨੂੰ ਠੰਡ ਲੱਗੀ ਤਾਂ ਉਸਨੇ ਮਾਂ ਨੂੰ ਇਹ ਕਹਿ ਦਿੱਤਾ ਕਿ ਉਹ ਅੰਦਰ ਜਾ ਰਹੀ ਹੈ, ਉਸਨੂੰ ਠੰਡ ਲੱਗ ਰਹੀ ਹੈ, ਕਮਰੇ 'ਚ ਜਾ ਕੇ ਸੌਣ ਚੱਲੀ ਹੈ। ਤਾਂ ਇਸੇ ਦੌਰਾਨ ਜਦੋਂ ਇਹ ਬੱਚੀ ਕਮਰੇ 'ਚ ਜਾਂਦੀ ਹੈ, ਬੈੱਡ 'ਤੇ ਲੇਟਦੀ ਹੈ ਤਾਂ ਉੱਥੇ ਪਹਿਲਾਂ ਹੀ ਇਹ ਸੱਪ ਮੌਜੂਦ ਹੁੰਦਾ ਹੈ ਜੋ ਉਸਨੂੰ ਡੰਗ ਮਾਰਦਾ ਹੈ। ਬੱਚੀ ਬੇਹੋਸ਼ ਹੋ ਜਾਂਦੀ ਹੈ ਅਤੇ ਫਿਰ ਉਸਨੂੰ ਹਸਪਤਾਲ ਲਿਜਾਇਆ ਜਾਂਦਾ ਹੈ, ਜਿੱਥੇ ਉਸਦੀ ਮੌਤ ਹੋ ਜਾਂਦੀ ਹੈ। ਜਿਸ ਦਿਨ ਘਰ ਦੇ ਵਿੱਚ ਬੱਚੀ ਦਾ ਜਨਮ ਦਿਨ ਮਨਾਇਆ ਜਾਣਾ ਸੀ, ਖੁਸ਼ੀਆਂ ਦਾ ਮਾਹੌਲ ਹੋਣਾ ਸੀ, ਤਾਂ ਹੁਣ ਉੱਥੇ ਕੀਰਨੇ ਪੈ ਰਹੇ ਨੇ। ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਹਾਲਾਂਕਿ ਇਸ ਤੋਂ ਬਾਅਦ ਘਰ ਦੇ ਵਿੱਚ ਸਾਰੇ ਪਾਸੇ ਕੋਨੇ ਕੋਨੇ 'ਚ ਤਲਾਸ਼ੀ ਲਈ ਗਈ ਅਤੇ ਫਿਰ ਜਾ ਕੇ ਇਸ ਸੱਪ ਨੂੰ ਰੈਸਕਿਊ ਕੀਤਾ ਗਿਆ ਹੈ ਅਤੇ ਬਾਅਦ ਵਿੱਚ ਸਪੇਰੇ ਦੇ ਹਵਾਲੇ ਕੀਤਾ ਗਿਆ ਹੈ। ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਇਹ ਸੱਪ ਨਜ਼ਰ ਆਏ ਕਿ ਕਿਵੇਂ ਘਰਦਿਆਂ ਵੱਲੋਂ ਹੀ ਇਸ ਸੱਪ ਨੂੰ ਕਾਬੂ ਕੀਤਾ ਗਿਆ ਹੈ ਅਤੇ ਸੱਪ ਨੂੰ ਕਾਬੂ ਕਰਕੇ ਸਪੇਰਿਆਂ ਦੇ ਹਵਾਲੇ ਕੀਤਾ ਗਿਆ ਹੈ। ਜੇਕਰ ਇਸ ਸੱਪ ਨੂੰ ਨਾ ਫੜਿਆ ਜਾਂਦਾ ਤਾਂ ਹੋਰ ਵੀ ਪਰਿਵਾਰਿਕ ਮੈਂਬਰਾਂ ਨੂੰ ਇਹ ਡੰਗ ਮਾਰ ਸਕਦਾ ਸੀ। ਉਧਰ ਪੂਰੇ ਪਿੰਡ ਦੇ ਵਿੱਚ ਵੀ ਸੋਗ ਪਸਰ ਗਿਆ ਹੈ ਕਿ ਇੱਕ ਮਾਸੂਮ ਬੱਚੀ ਦੀ ਸੱਪ ਦੇ ਡੰਗਣ ਨਾਲ ਦਰਦਨਾਕ ਮੌਤ ਹੋਈ ਹੈ। ਮਾਪਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ।